पंजाब में लगातार हो रही बरसात के कारण पानी का जलस्तर कम नहीं हो रहा है, तो वही बाढ़ के कारण किसानों की फसलें पूरी तरह बर्बाद हो चुकी है और घरों को नुकसान पहुंच चुका है। कपूरथला और जालंधर में सतलुज दरिया से धुसी बांध टूटने के कारण कई गांव में बाढ़ आने से किसानों की फसलें बर्बाद हो गई है, तो दूसरी तरफ लोगों के घर भी सुरक्षित नहीं रहे। तस्वीरों में देख घरों के भीतर पानी के कारण लोग बच्चों के साथ बाहर बैठने के लिए मजबूर हैं। वहीं खराब हुई फसलों के कारण किसानों की आंखें नम हो गई है। पहाड़ी इलाकों में भारी बरसात के कारण नदियों और नालों में पानी का स्तर कम होने का नाम नहीं ले रहा, तो दूसरी तरफ पंजाब में भी बरसात का जोर लगातार चल रहा है, जिस कारण नदियों नालों सहित दरिया में पानी का जलस्तर बढ़ता ही जा रहा है। पंजाब के कई जिलों में आई बाढ़ के कारण किसानों की फसलें पूरी तरह से बर्बाद हो गई है, जिसे देख किसानों की आंखें नम है। कपूरथला और जालंधर में सतलुज दरिया के धुसी बांध कई जगह से टूटने के कारण 50 से 60 गांव प्रभावित हुए हैं और किसानों की फसलों का नुकसान बहुत ही ज्यादा हुआ है। यहाँ तक कि लोगों के घरों में भी पानी भीतर चला गया है और कई गाँव में एक मंजिला घरों तक पानी पहुँच गया है। वाहेगुरु जी का खालसा, वाहेगुरु जी की फतेह। नानक नाम चढ़दी कला, तेरे पणे सरबत दाई पला। मैं सेवा सिंह पैंच सिंह मेहरा सिंह अरदास बेनती करने हैं। तेरे के हालात ये जी साढ़े आ 15-16 पिंड आ जिहड़े पानी की लपेट च, तो फसल साढ़े डुबे खड़े आ। कई थावां ते 8-8 फुट फसल ते पानी आ, किते घट भी आ किते वध भी आ, ते असीं बड़े परेशान आ। साढ़े घरां दे विचों चल के वेखो भी साढ़े माल डंगर दा जीआ जंत दा बड़ा मुश्किल गुजारा होण डिआ, ते कोई ना कोई सानूं हड़ पीड़तां परिवारां नूं ਸਹੂਲਤਾਂ ਦਿੱਤੀਆਂ ਜਾਣ। ਸਰਕਾਰੀ ਕੋਈ ਮਦਦ ਪਹੁੰਚ ਰਹੀ ਤੁਹਾਡੇ ਤੱਕ? ਪਹੁੰਚੀ ਹੈ, ਵੇਖੋ ਪਹੁੰਚੀ ਹੈ। ਸਿੰਘ ਟੀਮਾਂ ਦਾ ਆਏ ਆ, ਬਚਨ ਕਰਕੇ ਗਏ ਆ। ਅੱਜ ਬਾਬੇ ਵੀ ਇੱਥੇ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਸਰਿਆਲੀ ਸਾਹਿਬ ਤੋਂ ਪੁੱਜੀਆਂ, ਮਹਾਨ ਹਸਤੀਆਂ ਪੁੱਜੀਆਂ ਸੀ, ਪਹੁੰਚੀਆਂ। ਸਰਕਾਰ ਤੋਂ ਕੋਈ? ਹਾਂਜੀ, ਸਰਕਾਰ ਤੋਂ ਮੰਗ। ਹਾਂਜੀ ਵੀ ਆ ਸਾਡਾ ਜਿਹੜਾ ਫਸਲ ਦਾ ਇੰਨਾ ਨੁਕਸਾਨ ਆ, ਕੋਈ ਨਾ ਕੋਈ ਸਾਡੀ ਸਹਾਇਤਾ ਕੀਤੀ ਜਾਵੇ, ਸਾਡਾ ਤਾਂ ਬਚਾਅ ਆ। ਨਹੀਂ ਤਾਂ ਅਸੀਂ ਵਿਆਹ ਜੀ ਪੈਸੇ ਚੁੱਕ ਚੁੱਕ ਕੇ ਖਰਚੇ ਕਰ ਕਰਕੇ ਫਸਲ ਸਾਡੇ ਹੁਣ ਜਿਹੜੇ ਆ ਉਹ ਕੁਦਰਤੀ ਆਫਤ ਨੇ ਪਾਣੀ ਦੇ ਲਪੇਟ 'ਚ ਲੈ ਲਏ ਆ। ਮੈਂ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਕਹਿਣਾ ਚਾਹੁੰਦੇ ਹਾਂ ਜੀ, ਤੁਸੀਂ ਅੱਜ ਆਣ ਕੇ ਅੰਦਰ ਦੇ ਹਾਲਾਤ ਦੇਖੇ ਆ ਮੌਕੇ 'ਤੇ, ਕਿ ਜਿਹੜੀ ਸਥਿਤੀ ਆ ਪਾਣੀ ਦਾ ਲੈਵਲ ਚਾਹੇ ਥੋੜ੍ਹਾ ਜਿਹਾ ਘੱਟ ਆ, ਪਰ ਸਥਿਤੀ ਅੱਗੇ ਨਾਲੋਂ ਵੀ ਬਦਤਰ ਹੋਈ ਆ। ਕਿਉਂਕਿ ਜਿਹੜਾ ਇਹਦੇ ਫਸਲਾਂ ਸੀ ਉਹ ਸੜ ਗਈਆਂ, ਵਿੱਚ ਜਿਹੜੇ ਹਰਾ ਰਿਆ ਚਾਰਾ ਉਹ ਵੀ ਸੜ ਗਿਆ ਵਾ, ਅਤੇ ਬਿਮਾਰੀਆਂ ਜਿਹੜੀਆਂ ਉਹ ਵੱਧਦੀਆਂ ਜਾ ਰਹੀਆਂ ਵਾ, ਅਤੇ ਕਿਸਾਨਾਂ ਦਾ ਜਿਹੜਾ ਤੁਸੀਂ ਦੇਖਿਆ ਹੋਣੇ ਵੀ ਜਿਹੜੇ ਪੀਣ ਵਾਲੇ ਪਾਣੀ ਆ ਉਹਨਾਂ ਵੀ ਵਿੱਚ ਜਿਹੜਾ ਜ਼ਹਿਰੀਲਾ ਪਾਣੀ ਪੈ ਚੁੱਕਾ ਵਾ, ਅਤੇ ਉੱਪਰੋਂ ਹੁਣ ਤੁਸੀਂ ਦੇਖ ਰਹੇ ਹੋ ਵੀ ਮੌਸਮ ਬਹੁਤ ਖਰਾਬ ਚੱਲਣ ਦਿਆ ਵਾ, ਅਤੇ ਜਿਹੜੇ ਸਾਡੇ ਆ ਘਰ ਤੁਸੀਂ ਦੇਖੇ ਆ ਅਤੇ ਜਿਹੜੇ ਰੁੜਨ ਦਾ ਖਤਰਾ ਜਿਨ੍ਹਾਂ ਦੇ ਤਰੇੜਾਂ ਪਾੜ ਗਈਆਂ ਵਾ, ਹੁਣ ਜੇ ਮੌਸਮ ਉੱਤੋਂ ਹੋਰ ਖਰਾਬ ਹੋ ਗਿਆ ਤਾਂ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਇਹਨਾਂ ਘਰਾਂ ਦਾ ਹੋਊਗਾ। ਗਰੀਬ ਕਿਸਾਨ ਆ, ਬੜੀ ਮਿਹਨਤ ਨਾਲ ਇਹ ਜਿਹੜੇ ਘਰ ਬਣਾਏ ਗਏ ਆ। ਕਿੰਨੇ ਪਿੰਡ ਪ੍ਰਭਾਵਿਤ ਆ ਪਾਣੀ ਨਾਲ? ਵੈਸੇ ਤਾਂ ਸੁਲਤਾਨਪੁਰ ਹਲਕੇ ਦੇ ਬਹੁਤ ਜਿਹੜਾ ਪਿੰਡ ਸੈਂਕੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਆ, ਪਰ ਅਸੀਂ ਜਿੱਥੇ ਇਸ ਟਾਈਮ 'ਤੇ ਖੜੇ ਹਾਂ 16 ਪਿੰਡ ਇਹਦੇ ਵਿੱਚ ਪੈਂਦੇ ਆ ਅਤੇ ਜਿਹੜੇ ਬਹੁਤ ਜ਼ਿਆਦਾ ਪ੍ਰਭਾਵਿਤ ਆ। ਹਾਲਾਤ ਕੀ ਆ ਮਜੀਦ? ਹਾਲਾਤ ਦੇਖੋ ਜੀ ਬਹੁਤ ਮਾੜੇ ਆ, ਹਾਲਤ ਤਰਸਯੋਗ ਬਣੀ ਪਈ ਆ, ਅਤੇ ਅਸੀਂ ਵਾਰ ਵਾਰ ਪ੍ਰਸ਼ਾਸਨ ਕੋਲੋਂ ਬੇਨਤੀਆਂ ਕਰਦੇ ਹਾਂ ਕਿ ਸਾਡੀ ਸਾਰ ਲਈ ਜਾਵੇ, ਜਿਹੜਾ ਪਾਣੀ ਅੱਗੋਂ ਰਿਲੀਵ ਕੀਤਾ ਜਾਵੇ, ਪਰ ਨਹੀਂ ਹੋ ਰਿਹਾ। ਅਤੇ ਪਰਿਵਾਰ ਦਾ ਜਿਹੜਾ ਤੁਸੀਂ ਹੁਣ ਆਣ ਕੇ ਦੇਖਿਆ ਵਾ ਵੀ ਬਹੁਤ ਇਹ ਪਰਿਵਾਰ ਦਾ ਬੁਰਾ ਹਾਲ ਆ, ਅਤੇ ਜਿਹੜੇ ਇਸ ਕਮੇ ਸਰਕਾਰ ਨੂੰ ਇਹਨਾਂ ਦੇ ਪਰਿਵਾਰ ਦੇ ਨਾਲ ਖੜਨਾ ਚਾਹੀਦਾ, ਫੌਰੀ ਤੌਰ 'ਤੇ ਇਹਨਾਂ ਨੂੰ ਸਹਾਇਤਾ ਜਿੰਨੀ ਵੀ ਕੀਤੀ ਜਾਵੇ ਉਹਨੀ ਥੋੜ੍ਹੀ ਆ। ਸਰਕਾਰ ਦੇ ਦਾਅਵੇ ਬਹੁਤ ਹੈ ਕਿ ਪੁਖਤਾ ਪ੍ਰਬੰਧ ਹੈ, ਹਰ ਪੀੜਤਾਂ ਨੂੰ ਹਰ ਮਦਦ ਪਹੁੰਚਾਈ ਜਾ ਰਹੀ ਹੈ। ਵੇਖੋ ਜੀ ਤੁਸੀਂ ਪੁਖਤਾ ਪ੍ਰਬੰਧ ਦੇਖੇ ਆ, ਆਹ ਜਿਹੜੇ ਘਰ ਆ ਹੁਣ ਜਿੱਥੇ ਆਪਾਂ ਖੜੇ ਹਾਂ, ਕਮ ਸੇ ਕਮ 20 ਘਰ ਇੱਥੇ ਹੈਗੇ ਆ, ਅਤੇ ਇਹਨਾਂ ਦੇ ਘਰਾਂ ਦੇ ਕੋਲ ਪਾਸੇ ਪਾਸੇ ਜਾਣ ਲਈ ਕਿਸ਼ਤੀ ਵੀ ਨਹੀਂ ਹੈਗੀ, ਜਿਹੜੀਆਂ ਸਰਕਾਰ ਨੇ ਸਾਨੂੰ ਕਿਸ਼ਤੀਆਂ ਹੁਣ ਥੋੜ੍ਹੇ ਦਿਨ ਹੋ ਗਏ ਮੁਹੱਈਆ ਕਰਵਾਈਆਂ ਵਾ, ਅਸੀਂ ਧੰਨਵਾਦ ਕਰਦੇ ਹਾਂ, ਪਰ ਉਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਆ। ਇਹ ਇਲਾਕਾ ਜਿਹੜਾ ਬਹੁਤ ਡੇਰਿਆਂ ਦੇ ਵਿੱਚ ਅਤੇ ਪਿੰਡਾਂ ਦੇ ਵਿੱਚ ਬਹੁਤ ਲੰਬੇ ਅਤੇ ਗੈਪ ਪਿਆ ਵਾ, ਏਰੀਆ ਬਹੁਤ ਫੈਲਿਆ ਵਾ, ਅਤੇ ਇੱਥੇ ਜਿਹੜੀਆਂ ਕਿਸ਼ਤੀਆਂ ਸਾਨੂੰ ਘਰ ਘਰ ਨਹੀਂ ਦੇ ਸਕਦੇ, ਤੁਸੀਂ ਗਰੁੱਪ ਦੇ ਵਿੱਚ ਕਿਸ਼ਤੀਆਂ ਦਿੱਤੀਆਂ ਜਾ ਸਕਦੀਆਂ ਜੋ ਪ੍ਰਸ਼ਾਸਨ ਨੇ ਮੁਹੱਈਆ ਨਹੀਂ ਕਰਵਾਈਆਂ। ਜਿਹੜਾ ਆਜੀਵਨ ਟੁੱਟਾ ਸੀ ਉਸਨੂੰ ਬੰਨਣ ਲਈ ਕੋਈ ਪ੍ਰਯਾਸ ਕੀਤੇ ਜਾ ਰਹੇ ਤੁਹਾਡੇ ਵੱਲੋਂ? ਬਿਲਕੁਲ ਜੀ, ਅੱਜ ਕੁਛ ਦਿਨਾਂ ਤੋਂ ਅਸੀਂ ਇਹਨੂੰ ਬੋਰੇ ਭਰ ਰਹੇ ਹਾਂ, ਅਤੇ ਹੁਣ ਅਸੀਂ ਇਹਨੂੰ ਅੱਜ ਬਾਬਾ ਸੁੱਖਾ ਸਿੰਘ ਜੀ ਸਰਿਆਲੀ ਵਾਲੇ ਆਏ ਸੀ, ਉਹਨਾਂ ਦੇ ਸਹਿਯੋਗ ਦੇ ਨਾਲ ਕੱਲ੍ਹ ਤੋਂ ਉਹਨੂੰ ਅਸੀਂ ਪਾੜ ਨੂੰ ਪੂਰਨ ਦੀ ਪੂਰੀ ਕੋਸ਼ਿਸ਼ ਕਰਾਂਗੇ, ਸਾਡੇ ਵੱਲੋਂ ਤਾਂ ਕੋਸ਼ਿਸ਼ ਹੀ ਹੈ, ਬਾਕੀ ਰੱਬ ਰੱਖਾ ਜੀ। ਮੌਸਮ ਕਿੱਦਾਂ ਦਾ ਹੋਊ? ਮੌਸਮ ਬਹੁਤ ਇਸ ਟਾਈਮ 'ਤੇ ਡਰਾਉਣਾ ਬਣਿਆ ਪਿਆ ਜੀ, ਕਿਸੇ ਟਾਈਮ ਵੀ ਭਾਰੀ ਬਰਸਾਤ ਹੋ ਸਕਦੀ ਹੈ ਜਾਂ ਨੇਰ ਝੱਖੜ ਚੱਲ ਸਕਦਾ। ਸਾਨੂੰ ਇਸ ਘਰ ਦਾ ਡਰ ਆ ਜਿਹੜਾ ਵੀ ਬਿਲਕੁਲ ਆ ਬੋਰੇ ਲਾ ਕੇ ਅਸੀਂ ਤੋੜੇ ਲਾ ਲਾ ਕੇ ਇਸ ਨੂੰ ਬਚਾਇਆ ਵਾ, ਅਤੇ ਜਿਹੜੇ ਗਰੀਬ ਕਿਸਾਨਾਂ ਦੀ ਛੱਤ ਦਾ ਕੋਈ ਨੁਕਸਾਨ ਨਾ ਹੋ ਜਾਵੇ, ਬੱਚਿਆਂ ਦਾ ਨੁਕਸਾਨ ਨਾ ਹੋ ਜਾਵੇ,
असी इस करके सानू इस चीज़ का डर आ क्योंकि तुसी अगे देखिया वा पिछली वारी नेरियां आईयां वा थोड़े दिन पहला तो इत्थे बहुत सारे किसानां दे जिहड़े घर दियां छत्तां ही उड गईयां सी तो शैड उड़ गए से हूँ भी सानू बहुत डर लग गया भी जे हवा चली तो कुछ भी हो सकता कोई हादसा ना वापर जाए उस तो पहले प्रशासन को जागना चाहिए अहिदा जी ये कहना चाहते हैं भी साड़ी मदद भी होनी चाहिए साढ़े चक्कर को ना कोई पहुँचे कोई सानू किश्ती मिले कोई साडा पानी जिहड़ा है किसे मसले दे होवे हल हो जाए साडा माल डंगर टिकाने लगे निक्के निक्के बच्चे सानू हाल फिर डर आउंदा रहिंदा भी साडा की हाल होवेगा ते की नहीं होवेगा जी असीं तां बहुत तंग आ इस वार माल डंगर चो भुखा कोई हाल नहीं है रह गया जिहड़ा बोर दे विच उह भी पानी भी नहीं पीण नूं साडे दे हैगा कोल भी जिहड़ा चुक के पी लो भी बोतलां लोक मदद करदे विचारे पासों आण आण के सानू उह पानी असीं तां पीने आ ते साडा इहनां नाल भी आ भैन भरा ने जिहड़े आण के जिन्हां ने बोरे लिया के साडा घर बचाता नहीं जो सकदा भी घर भी ढठ जांदा मंग करनी चाहुंदे आ सानू को ना कोई मदद होवे साडा पानी सुक जावे सानू को ना कोई मदद दित्ती जावे आपदा ही आपदा घर बुगा बना के बहिए वधिया जी जिंदगी जीए साडा पानी बंद हो जाए साडा बन बच जाए कई कुछ भी इत्थे जी पानी अही दा इत्थे गिणिया चार चार फुट तीन तीन फुट साढ़े तीन तीन चार चार फुट होया बेटा असी तां इहो ही कहना चाहुंदे आ वी साडा पानी जिहड़ा इहो ही बंद कीता जावे ते असी आपदा माल डंगर सांभीए ते असी अपने बच्चियां नूं किते स्कूले घल्लीए जो दो दो महीने हो गए पहले डेढ़ महीने दी छुट्टियां होईयां हुण देख ही रहे जे तुसी हफ्ता हो गया फिर पानी आए नूं हैं असी बच्चे घलगे तो किमें घलगे स्कूल भी है सानू तो होर नहीं कोई मदद हो रही तो कर भी की सकने हालात की नहीं माता जी ते कोई सरकारी सहूलत ना बेटा कोई सरकारी सहूलत नहीं पहुंची हैगी अज तीकर ना किसी ने आके सारी लई तुसी साडा घर तो वेख ही लिया है की हाल ने जे कल नू किते कोई डिग पवे वेखो आपां वेखदे पए आ किन्नियां कोठियां ढहण दियां किन्ने उहने आख्या सी चांस होण डए ने बोरे भरे सी ओह लिया के अपने घर बचाउण वास्ते ते असी बोरे लगाए ना ना बेटा अजे तक किसे आके भी नहीं पुछिया भी तुहानू कुछ होया भी है जां नहीं होया अज तिकर कोई आया ही नहीं गा साडे तक माल डंगर भुखा मरन डिया जी ने जेडे भुखे बैठे ने वेख लो हुण मन के चलो भी इथों असी कोई राशन नहीं लियाउणा ते किदां लियावांगे है कोई चीज लिया ते नहीं प्रभावित इधरले परिवार पुत सोलह पिंड ने तुसी अपने आप ही हिसाब ला लो भी हर एक परिवार दे विच दस दस अठ अठ मेंबर तां हैगे ही ने ना।